ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵੀਦ ਜੋਬ ਅਲਰਟ ਤੇ ਸੋ ਇਹਦੀ ਇਨਫਾਰਮੇਸ਼ਨ ਦੁਬਾਰਾ ਫਿਰ ਤੋਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਮਾਸਟਰ ਕੇਡ एग्जाम ਨੂੰ ਲੈ ਕੇ ਐਡਮਿਟ ਕਾਰਡ ਜਿਹੜੇ ਜਾਰੀ ਹੋ ਚੁੱਕੇ ਨੇ ਕਈਆਂ ਦੇ ਐਡਮਿਟ ਕਾਰਡ ਨੇ ਜਿਹੜੇ ਉਹ ਡਾਊਨਲੋਡ ਹੋ ਚੁੱਕੇ ਨੇ ਸੋ ਕਈਆਂ ਨੇ ਸਵੇਰੇ ਤੁਹਾਨੂੰ ਵੀਡੀਓ ਦੱਸੀ ਸੀ ਜਿਨ੍ਹਾਂ ਨੇ ਜੇਲ ਡਿਪਾਰਟਮੈਂਟ ਦੇ ਵਿੱਚ ਅਪਲਾਈ ਕੀਤਾ ਸੀਗਾ ਤਾਂ ਜੋ ਉਸ ਟਾਈਮ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਸੀਗਾ ਉਹ ਫਿਲ ਕਰਨਾ ਸੀਗਾ ਉਹ ਭਰ ਕੇ ਐਡਮਿਟ ਕਾਰਡ ਜਿਹੜੇ ਡਾਊਨਲੋਡ ਤੁਹਾਡੇ ਹੋਣੇ ਸੀਗੇ ਸੋ ਕਈਆਂ ਦੇ ਉਸ ਹਿਸਾਬ ਨਾਲ ਹੋ ਚੁੱਕੇ ਨੇ ਕਈ ਉਮੀਦਵਾਰ ਹਾਲੇ ਵੀ ਐਸੇ ਨੇ ਜਿਨ੍ਹਾਂ ਦੇ ਐਡਮਿਟ ਕਾਰਡ ਜਿਹੜੇ ਡਾਊਨਲੋਡ ਨਹੀਂ ਹੋਏ ਨਾ ਹੀ ਪਹਿਲਾਂ ਵਾਲੇ ਪ੍ਰੋਸੈਸ ਨਾਲ ਹੋਏ ਨੇ ਸਿੰਪਲ ਤਰੀਕੇ ਨਾਲ ਅਤੇ ਨਾ ਹੀ ਜੇਲਟ ਡਿਪਾਰਟਮੈਂਟ ਰਜਿਸਟ੍ਰੇਸ਼ਨ ਭਰੀ ਹੈ ਉਹਦੇ ਨਾਲ ਹੋਏ ਨੇ ਹਾਲੇ ਤੱਕ ਵੀ ਜਿਹੜਾ ਇਨਵੇਲਿਡ ਐਡਮਿਟ ਕਾਰਡ ਹੈ ਜਿਹੜਾ ਦਿਖਾ ਰਿਹਾ ਹੈ ਕਹਿਣ ਤੋਂ ਬਾਅਦ ਡਾਊਨਲੋਡ ਹੈ ਜਿਹੜੇ ਨਹੀਂ ਹੋਏ ਤਾਂ ਇੱਕ ਹੋਰ ਤਰੀਕੇ ਨਾਲ ਐਡਮਿਟ ਕਾਰਡ ਨੇ ਜਿਹੜੇ ਡਾਊਨਲੋਡ ਹੋ ਰਹੇ ਨੇ ਤਾ 100% ਤੁਹਾਡਾ ਐਡਮਿਟ ਕਾਰਡ ਹੈ ਜਿਹਨੇ ਤਾਂ ਹਾਲੇ ਤੱਕ ਡਾਊਨਲੋਡ ਨਹੀਂ ਹੋਇਆ ਡਾਊਨਲੋਡ ਹੈ ਜਿਹੜਾ ਹੋ ਜਾਏਗਾ ਤਾਂ ਤੁਹਾਨੂੰ educationrecruitmentboard.com ਸਿੱਖਿਆ ਭਗ ਦੀ ਜੋ ਵੈਬਸਾਈਟ ਹੈ ਤਾਂ ਇਸ ਤੇ ਲੈ ਚ ਆਉਂਦੇ ਆ ਸਟੈਪ ਬਾਈ ਸਟੈਪ ਤੁਹਾਨੂੰ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖ ਲਿਓ ਤੇ ਬਾਕੀਆਂ ਦੇ ਨਾਲ ਵੀ ਵੀਡੀਓ ਅੱਗੇ ਜਰੂਰ ਸ਼ੇਅਰ ਕਰ ਦਿਓ ਘਬਰਾਉਣ ਦੀ ਜਰੂਰਤ ਨਹੀਂ ਹੈ ਐਡਮਿਟ ਕਾਰਡ ਤੁਹਾਡੇ 100% ਹੈ ਜਿਹੜੇ ਡਾਊਨਲੋਡ ਹੋਣਗੇ ਤਾਂ ਲੈ ਚ ਆਉਂਦੇ ਆ ਅਸੀਂ ਤੁਹਾਨੂੰ ਵਿਭਾਗ ਦੀ ਵੈਬਸਾਈਟ ਤੇ ਤਾਂ ਇਹ ਅਜਿਹਾ ਵਿਭਾਗ ਦੀ official website ਤਾਂ ਇੱਥੇ ਤੁਹਾਨੂੰ ਸੋਭਾ ਜਿਹੜਾ ਅਸੀਂ ਦੱਸਿਆ ਸੀਗਾ ਸੋਭਾ ਵਾਲੀ ਵੀਡੀਓ ਦੇ ਵਿੱਚ ਉਹ ਫਾਸਟ ਤੇ ਜਿਹੜਾ ਇਸ ਲਿੰਕ ਤੇ ਕਲਿੱਕ ਕਰਕੇ ਦੱਸਿਆ ਸੀ ਇਹ ਬਾਅਦ ਦੇ ਵਿੱਚ ਦੁਬਾਰਾ ਵੀ ਦੱਸ ਦਾਂਗੇ ਸੋ ਪਹਿਲਾਂ ਤੁਹਾਨੂੰ ਜਿਹੜਾ ਅਗਲਾ ਸੈਕੰਡ ਪ੍ਰੋਸੈਸ ਹੈ ਕਿਸ ਤਰ੍ਹਾਂ ਤੁਸੀਂ ਜਿਹੜਾ ਡਾਊਨਲੋਡ ਕਰ ਸਕਦੇ ਹੋ ਤਾਂ ਇੱਥੇ ਤੁਹਾਨੂੰ ਲੇਟੈਸਟ ਰਿਕਰੂਟਮੈਂਟ ਆਪਸ਼ਨ ਜਿਹੜੀ ਸ਼ੋ ਹੋ ਰਹੀ ਹੋਏਗੀ ਤਾਂ ਤੁਸੀਂ ਇਸ ਤੇ ਜਿਹੜਾ ਕਲਿੱਕ ਕਰਨਾ ਹੈ ਤਾਂ ਇਸ ਤੇ ਜਦੋਂ ਕਲਿੱਕ ਕਰੋਗੇ ਤਾਂ ਅੱਗੇ ਤੁਹਾਡਾ ਪੇਜ ਹੈ ਜਿਹੜਾ ਓਪਨ ਹੋ ਜਾਏਗਾ ਤਾਂ ਇੱਥੇ ਜਿਹੜੀਆਂ ਵੈਕੈਂਸੀਆਂ ਮੈਂਸ਼ਨ ਕੀਤੀ ਹੋਈਆਂ ਨੇ ਥੋੜਾ ਜਿ ਤੁਸੀਂ ਉੱਪਰ ਨੂੰ ਸਕਰੋਲ ਕਰੋਗੇ ਤਾਂ ਮਾਸਟਰ ਕੀਡਰ ਦੀ ਵੈਕੈਂਸੀ ਤੁਹਾਨੂੰ ਸ਼ੋ ਹੋ ਰਹੀ ਹੋਏਗੀ ਇੱਥੇ 1664 ATT ਦੇ ਬਿਲਕੁਲ ਨੀਚੇ ਤਾਂ ਤੁਸੀਂ ਇਸ ਤੇ ਕਲਿੱਕ ਕਰਨਾ ਹੈ ਤਾਂ ਤੁਸੀਂ ਇਸ ਤੇ ਕਲਿੱਕ ਕਰੋਗੇ ਅੱਗੇ ਫਿਰ ਪੇਜ ਜਿਹੜਾ ਨਵਾਂ ਓਪਨ ਹੋ ਜਾਏਗਾ ਸੋ ਤੁਸੀਂ ਇੱਥੇ ਜਿਹੜਾ ਅਗਲਾ ਪੇਜ ਹੋਏਗਾ ਤਾਂ ਇੱਥੇ ਵੀ ਦੇਖ ਸਕਦੇ ਹੋ 16 8 2022 ਐਡਮਿਟ ਕਾਰਡ ਨੂੰ ਲੈ ਕੇ ਨੋਟੀਫਿਕੇਸ਼ਨ ਜਿਹੜਾ ਆ ਚੁੱਕਿਆ ਵੀ ਇੱਥੇ ਕਲਿੱਕ ਕਰੋ ਸੋ ਇਹ ਅੱਗੇ ਪਹਿਲਾਂ ਫਰੰਟ ਪੇਜ ਤੇ ਵੀ ਆ ਚੁੱਕਿਆ ਹੈ ਤਾਂ ਇੱਥੇ ਜਿਹੜਾ ਤੁਸੀਂ ਆਪਣਾ ਰਜਿਸਟ੍ਰੇਸ਼ਨ ਨੰਬਰ ਭਰਨਾ ਹੈ ਤੁਹਾਡਾ ਰਜਿਸਟ੍ਰੇਸ਼ਨ ਨੰਬਰ ਆ ਜਾਏਗਾ ਜੋ ਤੁਸੀਂ ਅਪਲਾਈ ਕਰਿਆ ਸੀ ਇਹ ਪੋਸਟਾਂ ਵਾਸਤੇ ਤਾਂ ਦੂਜਾ ਇੱਥੇ ਤੁਹਾਡਾ ਪਾਸਵਰਡ ਆ ਜਾਏਗਾ ਪਾਸਵਰਡ ਤੁਹਾਡੀ ਡੇਟ ਆਵਰਥੀ ਹੁੰਦੀ ਹੈ ਤਾਂ ਉਹ ਇੱਥੇ ਤੁਸੀਂ ਭਰ ਦਿਓ ਇਸ ਤੋਂ ਬਾਅਦ ਲੌਗਇਨ ਕਰ ਦਿਓ ਤੁਹਾਡਾ ਜਿਹੜਾ ਐਡਮਿਟ ਕਾਰਡ ਹੈ ਓਪਨ ਹੋ ਜਾਏਗਾ। ਅਗਰ ਤੁਹਾਨੂੰ ਪਾਸਵਰਡ ਨਹੀਂ ਯਾਦ ਤਾਂ ਇੱਥੇ ਫੋਰਗੇਟ ਪਾਸਵਰਡ ਦੀ ਆਪਸ਼ਨ ਹੈ। ਜੋ ਵੀ ਤੁਸੀਂ ਉਸ ਟਾਈਮ ਮੇਲ ਭਰੀ ਹੈ ਫਿਲ ਕਰਨ ਵੇਲੇ ਜਾਂ ਮੋਬਾਈਲ ਨੰਬਰ ਭਰਿਆ ਹੈ। ਉਹ ਜਿਹੜਾ ਤੁਸੀਂ ਇੱਥੇ ਉਸ ਤੇ ਦਾ SMS ਜਾਏਗਾ ਉੱਥੇ ਤੁਹਾਨੂੰ ਪਾਸਵਰਡ ਜਿਹੜਾ ਮਿਲ ਜਾਏਗਾ। ਸੋ ਰਜਿਸਟ੍ਰੇਸ਼ਨ ਨੰਬਰ ਤੁਹਾਨੂੰ ਜਾਂ ਪਾਸਵਰਡ ਜੋ SMS ਆ ਰਿਹਾ ਹੈ ਉਹਦੇ ਵਿੱਚ ਵੀ ਦਿੱਤਾ ਹੋਏਗਾ। ਤਾਂ ਉਹ ਇੱਥੇ ਫਿਲ ਕਰ ਲਿਓ। ਸੋ ਇਹ ਦੂਜਾ ਰਸਤਾ ਹੈਗਾ। ਐਡਮਿਟ ਕਾਰਡ ਡਾਊਨਲੋਡ ਹੋਣ ਦਾ ਸੋ ਇੱਕ ਤਾਂ ਪਹਿਲਾ ਸੀਗਾ ਸਿੰਪਲ ਤਰੀਕੇ ਨਾਲ ਜਿਨ੍ਹਾਂ ਦੇ ਐਡਮਿਟ ਕਾਰਡ ਜਿਹੜੇ ਡਾਊਨਲੋਡ ਹੋ ਚੁੱਕੇ ਐ ਸੋ ਉਹਨਾਂ ਦਾ ਕਲੀਅਰ ਐ ਦੂਸਰਾ ਤਰੀਕਾ ਸੀਗਾ ਜੋ ਤੁਹਾਨੂੰ ਪਹਿਲਾਂ ਸਾਈਟ ਦੱਸਿਆ ਇਹ ਤੀਸਰਾ ਤਰੀਕਾ ਐ ਤਾਂ ਇੱਥੋਂ 100% ਜਿਨ੍ਹਾਂ ਦੇ ਇਨਵੇਲਿਡ ਦਿਖਾ ਰਿਹਾ ਐ ਇੱਥੋਂ ਡਾਊਨਲੋਡ ਜਿਹੜੇ ਹੋ ਜਾਣਗੇ ਤਾਂ ਦੂਸਰਾ ਤਰੀਕਾ ਦੁਬਾਰਾ ਤੁਹਾਨੂੰ ਰਿਪੀਟ ਐ ਜਿਹੜਾ ਕਰ ਦਨੇ ਆ ਤਾਂ ਦੂਸਰਾ ਤਰੀਕਾ ਕੀ ਸੀਗਾ ਉਹਨ ਪੇਜ ਤੇ ਜਿਹੜਾ ਤੁਹਾਨੂੰ ਫਸਟ ਲਿੰਕ ਸ਼ੋ ਹੋ ਰਿਹਾ ਕਲਿੱਕ ਹੈ ਜ ਟੂ ਐਡਮਿਟ ਕਾਰਡ ਫੋਰ ਰੀਟਨ ਐਗਜ਼ਾਮ ਔਰ ਮਾਸਟਰ ਕੇਡਰ ਪੋਸਟਸ ਤਾਂ ਇਸ ਤੇ ਜਿਹੜਾ ਤੁਹਾਨੂੰ ਕਲਿੱਕ ਕਰਨਾ ਹੋਏਗਾ ਤਾਂ ਇਸ ਤੇ ਕਲਿੱਕ ਕਰ ਦਿੱਤਾ ਤਾਂ ਅਗੀ ਇਸ ਤਰ੍ਹਾਂ ਦਾ ਪੇਜ ਖੁੱਲੇਗਾ ਉੱਪਰ ਨੂੰ ਸਕਰੋਲ ਕਰ ਲਿਓ ਤਾਂ ਮੋਬਾਈਲ 뷰 ਸਵਿਚ ਟੂ ਡੈਸਕਟਾਪ ਤਾਂ ਤੁਸੀਂ ਸਵਿਚ ਟੂ ਡੈਸਕਟਾਪ ਤੇ ਜਿਹੜਾ ਇਸ ਤੋਂ ਬਾਅਦ ਕਲਿੱਕ ਕਰਨਾ ਹੈ ਤਾਂ ਇਸ ਤੇ ਕਲਿੱਕ ਕਰੋਗੇ ਤਾਂ ਅੱਗੇ ਪੇਜ ਤੁਹਾਡਾ ਓਪਨ ਹੈ ਜਿਹੜਾ ਹੋ ਜਾਵੇਗਾ ਤਾਂ ਇੱਥੇ ਤੁਹਾਨੂੰ ਤਿੰਨ ਬਾਕਸ ਦਿਖਾਈ ਦੇਣਗੇ ਪਹਿਲਾ ਦੂਸਰਾ ਤੀਸਰਾ ਤਾਂ ਇਹ ਜਿਹੜਾ ਕਾਲਮ ਹੈ ਇਹ ਬਾਅਦ ਦੇ ਵਿੱਚ ਯੂਜ਼ ਹੋਏਗਾ ਜਦੋਂ ਤੁਹਾਡਾ ਸੈਂਟਰ ਨੇਮ ਜਿਹੜਾ ਆ ਜਾਏਗਾ ਹਾਲੇ ਤੁਹਾਡੇ ਐਡਮਿਟ ਕਾਰਡ ਉੱਤੇ ਜਿਹੜਾ ਸਿਟੀ ਨੇਮ ਦਿੱਤਾ ਗਿਆ ਹੈ ਕਿ ਚੰਡੀਗੜ੍ਹ ਆ ਉਦਾਹਰਨ ਵਜੋਂ ਪਟਿਆਲਾ ਬਠਿੰਡਾ ਜਾਂ ਕੋਈ ਵੀ ਜ਼ਿਲ੍ਹਾ ਹੈ ਵੀ ਤੁਹਾਡਾ ਇੱਥੇ ਇਗਜ਼ਾਮ ਹੋਣ ਜਾ ਰਿਹਾ ਹੈ ਸੋ ਇਹ ਨਹੀਂ ਦੱਸਿਆ ਗਿਆ ਕਿ ਕਿਹੜਾ ਸਕੂਲ ਹੈ ਕਿਹੜਾ ਸੈਂਟਰ ਹੈ ਕਿੰਨਾ ਸੈਂਟਰ ਨੰਬਰ ਹੈ ਸੋ ਕਿਹੜੀ ਸ਼ਿਫਟ ਹੈ ਸੋ ਇਹ ਦੱਸਿਆ ਗਿਆ ਇਹ 2 ਦਿਨ ਪਹਿਲਾਂ ਜਾਰੀ ਹੋਏਗਾ ਤਾਂ ਉਦੋਂ ਇੱਥੇ ਤੁਹਾਡਾ ਜਿਹੜਾ ਰੋਲ ਨੰਬਰ ਭਰ ਆ ਜਾਏਗਾ ਅਤੇ ਇੱਥੇ ਤੁਹਾਡੀ ਜਗ੍ਹਾ ਜਿਹੜੀ ਮੇਨ ਸੈਂਟਰ ਦੀ ਉਹ ਸ਼ੋ ਹੋ ਜਾਏਗੀ ਤਾਂ ਤੁਸੀਂ ਡਾਊਨਲੋਡ ਐਡਮਿਟ ਕਾਰਡ ਐਪਲੀਕੇਸ਼ਨ ਨੰਬਰ ਇਸ ਵਾਲੇ ਤੇ ਕਲਿੱਕ ਕਰਨਾ ਹੈ ਤਾਂ ਇਸ ਤੇ ਦੋ ਕਲਿੱਕ ਕਰੋਗੇ ਤਾਂ ਅੱਗੇ ਫਿਰ ਪੇਜ ਖੁੱਲੇਗਾ ਤਾਂ ਇੱਥੋਂ ਤੁਹਾਡਾ ਐਡਮਿਟ ਕਾਰਡ ਡਾਊਨਲੋਡ ਹੋਏਗਾ ਐਪਲੀਕੇਸ਼ਨ ਨੰਬਰ ਇੱਥੇ ਭਰਨਾ ਹੈ ਤੁਹਾਡੀ ਡੇਟ ਆਫ ਬਰਥ ਦੋਨੋਂ ਭਰ ਕੇ ਜਨਰੇਟ ਐਡਮਿਟ ਕਾਰਡ ਇਸ ਤੇ ਕਲਿੱਕ ਕਰ ਦਿਓ ਤੁਹਾਡਾ ਐਡਮਿਟ ਕਾਰਡ ਹੈ ਜਿਹੜਾ ਓਪਨ ਹੋ ਜਾਏਗਾ ਸੋ ਇਹ ਦੂਸਰਾ ਰਸਤਾ ਸੀ ਤੀਸਰਾ ਰਸਤਾ 1664 ਵੈਕੈਂਸੀ ਦੇ ਨੀਚੇ ਜਿਹੜਾ ਲਿੰਕ ਹੈ ਜੋ ਤੁਹਾਨੂੰ ਇਸ ਤੋਂ ਪਹਿਲਾਂ ਦੱਸਿਆ ਤਾਂ ਉਹਦੇ ਵਿੱਚ ਜਾਣਾ ਬਾਕਸ ਖੁੱਲ ਜਾਏਗਾ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਉਹ ਭਰ ਦਿਓ ਤੇ ਨੀਚੇ ਲੌਗਇਨ ਕਰ ਦਿਓ ਤੇ ਤੁਹਾਡਾ ਐਡਮਿਟ ਕਾਰਡ ਹੈ ਜਿਹੜਾ ਓਪਨ ਹੋ ਜਾਏਗਾ ਸੋ ਤਿੰਨ ਰਸਤੇ ਨੇ ਪਹਿਲੇ ਤੇ ਸਿੰਪਲ ਦੇ ਵਿੱਚ ਹੋਈ ਜਾਂਦਾ ਇਹਨਾਂ ਦਾ ਕੋਈ ਗੱਲ ਨਹੀਂ ਦੂਸਰਾ ਰਸਤਾ ਇਹ ਵਾਲਾ ਸੀ ਜੋ ਆਹ ਹੁਣ ਦੱਸਿਆ ਤੁਹਾਨੂੰ ਤੀਸਰਾ ਰਸਤਾ ਇਸ ਤੋਂ ਪਹਿਲਾਂ ਵਾਲਾ ਸੀ ਤੁਸੀਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਵੀਡੀਓ ਸਟਾਪ ਕਰਕੇ ਦੇਖ ਲਿਓ ਸੋ ਇਸ ਤੋਂ ਬਾਅਦ ਜਿਹੜਾ ਰੋਲ ਨੰਬਰ ਵਾਲਾ ਉਹ ਲੱਗ ਪੈਟਰਨ ਹੈ ਤਾਂ ਰੋਲ ਨੰਬਰ ਆਲਦੀ ਵੀ ਤੁਹਾਨੂੰ ਦੁਬਾਰੇ ਤੋਂ ਕਲਿੱਕ ਕਰਕੇ ਦਿਖਾ ਜੰਨੇ ਅਗਰ ਤੁਸੀਂ ਇਸ ਤੇ ਕਲਿੱਕ ਕਰਦੇ ਹੋ ਇਸ ਤੇ ਕਿਹੜੀਆਂ-ਕਿਹੜੀਆਂ ਆਪਸ਼ਨਾਂ ਨੇ ਜਿਹੜੀਆਂ ਆਉਣਗੀਆਂ ਤਾਂ ਇਸ ਤੇ ਕਲਿੱਕ ਕਰ ਦਿੰਨੇ ਆ ਤਾਂ ਇਸੇ ਤਰ੍ਹਾਂ ਦਾ ਇਹ ਪੇਜ ਆ ਜਿਹੜਾ ਖੁੱਲੇਗਾ ਫਰਕ ਸਿਰਫ ਜਿਹੜਾ ਇਹਦੇ ਵਿੱਚ ਇੰਨਾ ਕੀ ਹੋਏਗਾ ਕਿ ਪਹਿਲਾਂ ਇੱਥੇ ਐਪਲੀਕੇਸ਼ਨ ਨੰਬਰ ਸੀਗਾ ਨੀਚੇ ਡੇਟ ਆਫ ਬਰਥ ਸੇਮ ਹੈ ਐਪਲੀਕੇਸ਼ਨ ਨੰਬਰ ਦੀ ਜਗ੍ਹਾ ਤੇ ਰੋਲ ਨੰਬਰ ਆ ਗਿਆ ਤਾਂ ਇੱਥੇ ਤੁਹਾਨੂੰ ਰੋਲ ਨੰਬਰ ਆ ਜਿਹੜਾ ਭਰਨਾ ਹੋਏਗਾ ਸੋ ਇਹ ਬਾਅਦ ਦੇ ਵਿੱਚ ਕੰਮ ਆਏਗਾ ਹੁਣ ਇਹਦੇ ਵਿੱਚ ਸੱਕਦੀ ਭਰ ਕੇ ਦੇਖ ਲਿਓ ਕੁਝ ਨਹੀਂ ਦਿਖਾਏਗਾ ਕਿਉਂਕਿ ਹਜੇ ਜਗਾ ਸੈਂਟਰ ਨੇਮ ਸਰਕਾਰ ਨੇ ਜਿਹੜੇ ਵੱਲੋਂ ਆਏ ਉਹ ਪ੍ਰਾਈਵੇਸੀ ਰੱਖੀ ਗਈ ਹੈ ਦੋ ਦਿਨ ਪਹਿਲਾਂ ਤੁਹਾਨੂੰ ਅਪਡੇਟ ਜਿਹੜੀ ਮਿਲ ਜਾਏਗੀ ਉਹ ਇੱਥੋਂ ਤੁਹਾਡਾ ਰੋਲ ਨੰਬਰ ਭਰ ਕੇ ਇੱਥੇ ਸ਼ੋ ਹੋਏਗਾ ਕਿ ਤੁਹਾਡਾ ਕਿਹੜਾ ਸੈਂਟਰ ਹੈ ਕਿਹੜਾ ਸਕੂਲ ਦਾ ਨਾਮ ਹੈ ਜਿੱਥੇ ਤੁਹਾਡਾ ਜਿਹੜਾ ਐਗਜ਼ਾਮ ਹੋਣਾ ਹੈ ਕਿੰਨੇ ਵਜੇ ਤੁਸੀਂ ਰਿਪੋਰਟ ਕਰਨੀ ਹੈ ਰਿਪੋਰਟਿੰਗ ਟਾਈਮ ਕੀ ਹੈ ਤਾਂ ਇਹ ਉਸ ਲਈ ਹੈ ਤਾਂ ਇਹ ਤਿੰਨ ਤਰ੍ਹਾਂ ਦੇਣੇ ਚੀਜ਼ਾਂ ਨੇ ਤਿੰਨ ਸਟੈਪ ਨੇ ਤੁਸੀਂ ਸਿਰਫ ਐਪਲੀਕੇਸ਼ਨ ਤੇ ਨੰਬਰ ਵਾਲੀ ਆਪਸ਼ਨ ਐਡੀ ਐਡਮਿਟ ਕਾਰਡ ਵਾਲੀ ਇਹ ਓਪਨ ਕਰਨੀ ਹੈ ਇਥੋਂ ਜਿਨ੍ਹਾਂ ਦੇ ਹੋ ਗਏ ਠੀਕ ਹੈ ਜਿਨ੍ਹਾਂ ਦੇ ਨਹੀਂ ਹੋਏ ਤਾਂ ਜੋ ਲੇਟੈਸਟ ਰਿਕਰੂਟਮੈਂਟ ਹੈ ਜੋ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸੀ ਹੈ ਉਥੋਂ ਜਾ ਕੇ ਡਾਊਨਲੋਡ ਹੋਣਗੇ ਇੱਥੇ ਪਈ ਸੀ ਲੇਟੈਸਟ ਰਿਕਰੂਟਮੈਂਟ ਆਹ ਵਾਲੀ ਆਪਸ਼ਨ ਇੱਥੇ ਤੁਸੀਂ ਜਦੋਂ ਕਲਿੱਕ ਕਰੋਗੇ ਸੋ ਵਾਰ-ਵਾਰ ਰਿਪੀਟ ਕਰ ਰਹੇ ਹਾਂ ਕਾਫੀ ਉਮੀਦਵਾਰ ਇਹੜੇ ਕਮੈਂਟ ਕਰ ਰਹੇ ਹੈ ਕਪੜਾ ਹਟ ਚ ਨਿਕ ਬਰ ਆਉਣ ਵਾਲੀ ਕੋਈ ਜ਼ਰੂਰਤ ਨਹੀਂ ਹੈ ਜਿਨ੍ਹਾਂ ਦੀਆਂ ਵੈਕੈਂਸੀਆਂ ਅਪਲਾਈ ਹੋਈਆਂ ਨੇ ਉਹਨਾਂ ਦੇ ਐਡਮਿਟ ਕਾਰਡ ਡਾਊਨਲੋਡ ਹੋਣਗੇ ਹੀ ਹੋਣਗੇ ਤਾਂ ਇੱਥੇ 1634 ETT ਭਰਤੀ ਪਈ ਹੈ ਇਹਦੇ ਨੀਚੇ ਵਾਲਾ ਬਾਕਸ ਹੈ ਇਸ ਤੇ ਤੁਸੀਂ ਕਲਿੱਕ ਕਰ ਲਿਓ ਇਸ ਤੇ ਕਲਿੱਕ ਕਰਕੇ ਅੱਗੇ ਪੇਜ ਖੁੱਲ ਜਾਏਗਾ ਤਾਂ ਇੱਥੇ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਇੱਥੇ ਲੌਗਇਨ ਕਰਕੇ ਤੁਸੀਂ ਡਾਊਨਲੋਡ ਹੈ ਜਿਹੜਾ ਕਰ ਸਕਦੇ ਹੋ ਸਾਰੀ ਡਿਟੇਲ ਆ ਜਾਏਗੀ ਰਜਿਸਟ੍ਰੇਸ਼ਨ ਨੰਬਰ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਤੇ ਸਾਰਾ ਕੁਝ ਫਿਲ ਕਰਕੇ ਤੁਸੀਂ ਜਿਹੜਾ ਆਪਣਾ ਐਡਮਿਟ ਕਾਰਡ ਹੈ ਡਾਊਨਲੋਡ ਕਰ ਸਕਦੇ ਹੋ ਜਿਨ੍ਹਾਂ ਦੇ ਹਾਲੇ ਤੱਕ ਡਾਊਨਲੋਡ ਨਹੀਂ ਹੋਈ ਸੋ ਬਾਕੀ ਫਿਰ ਵੀ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਇੰਸਟਾਗ੍ਰam ਦੇ ਇਨਬਾਕਸ ਵਿੱਚ ਮੈਸੇਜ ਕਰ ਲਿਓ ਜਾਂ ਕਮੈਂਟ ਕਰ ਲਿਓ ਤਾਂ 100% ਤੁਹਾਡਾ ਹੱਲ ਹੈ ਜਿਹੜਾ ਕਰ ਦੇਵਾਂਗੇ ਸੋ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ